मैं बीबा कुलवंत आज उड़ीका प्रोग्राम विच थानू सारिया नू सब तो पहला जी आया कहिंदी हाँ। और लोहड़ी का त्यौहार जिहड़ा कि सारे भारत विच अज मनाया जा रहा है उहदे लई सारिया नू मुबारकबाद दिंदी हाँ। और देशां विदेशां च बैठे साडे जिन्ने भी दर्शक हन उहनां नू सारिया नू इस लोहड़ी दे त्यौहार विच शामिल होण लई अज साडे इस प्रोग्राम विच सद्दा दिंदी हां। और साडे लई बहुत माण वाली गल है कि साडे अज उड़ीकां प्रोग्राम विच अज साडे इस नाटक वेड़े विच आजाद रंगमंच कला भवन फगवाड़ा विखे पंजाबी दे प्रसिद्ध लेखक संधु वरियानवी जी पहुंचे हैं। और संधु जी जी आया और संधु जी साडे इस उड़ीकां प्रोग्राम दे दर्शकां नूं तुसीं अपने पहला पछोकड़ बारे अपने बचपन बारे अपने विचार सांझे करो। बीबा जी पहली गल तो यह है कि मैं उड़ीका प्रोग्राम दे सारे ही स्रोतियां नूं दर्शकां नूं बहुत ही तह दिलों लोहड़ी दे इस मुबारक मौके दियां मुबारकां दिंदा होया आस करदा हाँ कि बदी ते नेकी दी जो जंग इस वेले किसानां दी चल रही है उहदे विच नेकी दी जित होवे। और जित्थों तक तुसीं पिछोकड़ दी गल करदे हो पिछोकड़ तां जिवें आम साडे सधारण लोकां दा पिछोकड़ हुंदा है उवें दा ही है कि मेरे पिता जी सख्त मेहनत करन तों बाद हौली हौली व्यापार दे खेतर विच आए ते मैं भी जदों पंजवीं विच पढ़दा सी उहनां दे नाल उहनां दी दुकानदारी दे विच इह हिस्सा लैण लग पिया। ते बाद दे विच मैनूं बहुता बचपन बारे तां मैं नहीं कोई खेडां खूडां खेडियां पर मैनूं उहदा दुकानदारी दा फायदा इह होया कि जो साडे रद्दी असी खरीद के लियांदे हुंदे सी उहदे विच प्रीत लड़ी वर्गे मासिक रसाले हुंदे सन किताबां हुंदियां सन। और तुहानू जान के हैरानी होगी मैं अठवीं तक प्रोफेसर मोहन सिंह पूरन सिंह अमृता प्रीतम नू काफी हद तक पढ़ चुका सी। बहुत वधिया। ते इस दे नाल नाल ही ਮੈਨੂੰ ਇਹ ਹੈਗਾ ਕਿ ਮੈਂ ਦਸਵੀਂ ਤੱਕ ਜਿਹੜੀ ਪੜ੍ਹਾਈ ਹੈ ਉਹ ਪਹਿਲਾਂ ਤਾਂ ਪ੍ਰਾਇਮਰੀ ਤੱਕ ਆਪਣੇ ਪਿੰਡੋਂ ਹੀ ਲਈ ਅਤੇ ਦਸਵੀਂ ਤੱਕ ਦੀ ਜਿਹੜੀ ਮੇਰੀ ਸਿੱਖਿਆ ਹੈ ਉਹ ਮਿੰਟ ਗੁਮਰੀ ਗੁਰੂ ਨਾਨਕ ਖਾਲਸਾ ਕਾਲਜ ਸਕੂਲ ਬਸਤੀ ਬਾਵਾ ਖੇਲ ਅਤੇ ਉਂਝ ਮੇਰੇ ਪਿਤਾ ਜੀ ਮੇਰੀ ਪੜ੍ਹਾਇਆ ਜਿਹੜੀ ਸੀਗੀ ਪੜ੍ਹਾਈ ਲਈ ਬਹੁਤੇ ਜਿਹੜੇ ਸੀਗੇ ਉਤਸੁਕ ਨਹੀਂ ਸੀਗੇ ਜਾਂ ਉਤਸ਼ਾਹਿਤ ਨਹੀਂ ਸੀਗੇ ਉਹਨਾਂ ਦਾ ਤਾਂ ਇੱਕੋ ਮੰਤਰ ਹੁੰਦਾ ਸੀ ਕਹਿੰਦਾ ਮੈਂ 53 ਦਿਨ ਪੜ੍ਹ ਕੇ ਬੜੀ ਸੋਹਣੀ ਦੁਕਾਨਦਾਰੀ ਕਰਦਾ ਤੂੰ 8ਵੀਂ ਪੜ੍ਹ ਕੇ ਜਾਂ 10ਵੀਂ ਪੜ੍ਹ ਕੇ 8ਵੀਂ 'ਚੋਂ ਮੈਨੂੰ ਵੀ ਹਟਾ ਲਿਆ ਸੀ ਮੇਰੇ ਉਹ ਨਾਨੇ ਦੀ ਮਿਹਰਬਾਨੀ ਹੈ ਕਿ ਉਹਨੇ ਮੈਨੂੰ 9ਵੀਂ 'ਚ ਦਾਖਲਾ ਦਵਾ ਦਿੱਤਾ ਨਹੀਂ ਤਾਂ ਮੇਰੀ 8ਵੀਂ 'ਚ ਹੀ ਉਹਨਾਂ ਨੇ ਬ੍ਰੇਕ ਲਵਾ ਦਿੱਤੀ ਸੀਗੀ। ਅਤੇ ਉਸ ਤੋਂ ਬਾਅਦ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ 1973 ਦੇ ਵਿੱਚ ਵਪਾਰ ਦੇ ਵਿੱਚ ਸਾਨੂੰ ਕਾਫੀ ਵੱਡਾ ਘਾਟਾ ਪਿਆ ਔਰ ਪਰਿਵਾਰ ਦੇ ਵਿੱਚ ਕਾਫੀ ਕਲੇਸ਼ ਰਹਿਣ ਲੱਗਾ ਅਤੇ ਮੈਂ ਘਰੋਂ ਜਦੋਂ ਆਪਣੇ ਨਾਨਕਿਆਂ ਦੇ ਜਾਣ ਦੀ ਸੋਚੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਹੀ ਇੱਕ ਇਹੋ ਜਿਹੀ ਗੱਲ ਕਹੀ ਜੋ ਮੇਰੇ ਸੀਨੇ 'ਤੇ ਸੱਪ ਵਾਂਗ ਲੜ ਗਈ। ਉਹਨਾਂ ਦਾ ਕਹਿਣਾ ਸੀ ਕਿ ਤੂੰ ਮੈਨੂੰ ਲੁਟਾ ਪਟਾ ਕੇ ਚੱਲਿਆ ਜਾਂ ਤੈਨੂੰ ਮੰਗਦੇ ਨੂੰ ਕਿਤੇ ਰੋਟੀ ਨਾ ਮਿਲੇ। ਤਾਂ ਇਸ ਗੱਲ ਦਾ ਜਿਹੜਾ ਸੀਗਾ ਮੈਂ 5-6 ਮਿੰਟ ਤਾਂ
ਸੋਨਬੱਟਾ ਜਿਹਾ ਹੋਇਆ ਬੈਠਾ ਰਿਹਾ ਜਦ ਅਖੀਰ 'ਚ ਮੈਂ ਘਰੋਂ ਨਿਕਲਿਆ ਇਹ ਗੱਲ ਕਹਿ ਕੇ ਨਿਕਲਿਆ ਸੀ ਕਿ ਮੈਂ ਜੇ ਤੇਰਾ ਸੱਚੀ ਮੁੱਚੀ ਪੁੱਤ ਹੋਇਆ ਤਾਂ ਦੁਨੀਆਂ 'ਚ ਮੈਨੂੰ ਕਿਤੇ ਰੋਟੀ ਮੰਗਦੇ ਨੂੰ ਮਿਲੇ ਜਾਂ ਨਾ ਮਿਲੇ ਪਰ ਇਸ ਤੋਂ ਬਾਅਦ ਮੈਂ ਤੇਰੇ ਦਰ 'ਤੇ ਰੋਟੀ ਨਹੀਂ ਮੰਗੂੰਗਾ ਅਤੇ ਉਸ ਬੋਲ ਨੂੰ ਮੈਂ ਪਗਾਇਆ ਜੀ ਅਤੇ ਘਰੋਂ ਨਿਕਲ ਤੁਰਿਆ ਸੀਗਾ ਤੁਸੀਂ ਵਿੱਦਿਆ ਕਿੱਥੇ ਕਿੱਥੇ ਪ੍ਰਾਪਤ ਕੀਤੀ ਵਿੱਦਿਆ ਤਾਂ ਮੇਰੀ ਸਾਰੀ ਪ੍ਰਾਈਵੇਟ ਹੈਗੀ ਆ ਪਰ ਮੈਂ ਐੱਮ ਏ ਜਦੋਂ ਕੀਤੀ ਹੈ ਉਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਕੋਰਸਪੋਂਡੈਂਸ ਵਿਭਾਗ ਹੈ ਉੱਥੋਂ ਐੱਮ ਏ ਕੀਤੀ ਹੈ ਐੱਮ ਫਿਲ ਮੇਰੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਹੈਗੀ ਆ ਅਤੇ ਤੁਸੀਂ ਅਧਿਆਪਕ ਰਹੇ ਹੋ ਕਿਹਨਾਂ ਕਿਹਨਾਂ ਕਾਲਜਾਂ ਵਿੱਚ ਤੁਸੀਂ ਨਹੀਂ ਅਧਿਆਪਕ ਤੋਂ ਬੀਬਾ ਜੀ ਜਿਹੜਾ ਜਿਹੜਾ ਮੈਂ ਜਦੋਂ ਘਰੋਂ ਨਿਕਲਿਆ ਹੈ ਤਾਂ ਮੈਨੂੰ ਇੱਕ ਕਾਰਖਾਨੇ ਦੇ ਵਿੱਚ ਸੁਪਰਵਾਈਜ਼ਰੀ ਕਰਨੀ ਪਈ ਅੱਛਾ ਲਗਭਗ 3-3.5 ਸਾਲ ਦਾ ਸਮਾਂ ਉੱਥੇ ਰਹਿ ਅਤੇ 1976 ਦੇ ਵਿੱਚ ਫਰਵਰੀ 1976 'ਚ ਮੈਨੂੰ ਦਰਜਾ 4 ਕਰਮਚਾਰੀ ਦੀ ਨੌਕਰੀ ਮਿਲਦੀ ਹੈ ਪਹਿਲੀ ਮੇਰੀ ਪੋਸਟਿੰਗ ਜਿਹੜੀ ਆ ਉਹ ਸਾਡੇ ਨਾਲ ਹੀ ਉੱਥੇ ਮਾਡਲ ਟਾਊਨ ਦੇ ਵਿੱਚ ਸੀਨੀਅਰ ਸੈਕੈਂਡਰੀ ਸਕੂਲ ਕੁੜੀਆਂ ਦਾ ਸੀ ਉੱਥੇ ਸੀ ਉੱਥੇ 28 ਕੁ ਦਿਨ ਮੈਨੂੰ ਆਰਜ਼ੀ ਤੌਰ 'ਤੇ ਉਹ ਤੋਂ ਬਾਅਦ ਫਿਰ ਕਲੀਰਾਂ ਬੰਗਿਆਂ ਦੇ ਕੋਲ ਸਰਕਾਰੀ ਮਿਡਲ ਸਕੂਲ ਸੀ ਉੱਥੇ ਮੈਨੂੰ ਨੌਕਰੀ ਦੀ ਕਰਨੀ ਪਈ ਤਾਂ ਉਸ ਸਮੇਂ ਜਿਹੜਾ ਹੈਗਾ ਉੱਥੇ ਜੀ ਸੀ ਮੱਲ ਦੀਪ ਕਲੇਰ ਰੇਸ਼ਮ ਕਲੇਰ ਜੋ ਕਾਫੀ ਐਕਟਰ ਰਿਹਾ ਸਾਡੇ ਨਾਲ ਕੰਮ ਕਰਦਾ ਰਿਹਾ ਹਾਂਜੀ ਤਾਂ ਉੱਥੇ ਹੀ ਅਸਲ ਵਿੱਚ ਮੇਰੇ ਮੈਂ ਕਹਿੰਦਾ ਕਿ ਅਸਲ ਯੂਨੀਵਰਸਿਟੀ ਮੇਰੀ ਉਹੀ ਸੀ ਜਿੱਥੇ ਮੈਂ ਸੰਸਾਰ ਪੱਧਰ ਦੀਆਂ ਜਿਹੜੀਆਂ ਪੁਸਤਕਾਂ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ਉੱਥੇ ਹੀ ਸਾਡੇ ਮੋਹਨ ਸਿੰਘ ਦਸਾਂਝ ਵੀ ਸਾਡੇ ਮੁੱਖ ਅਧਿਆਪਕ ਸਨ ਜਿਨ੍ਹਾਂ ਨੇ ਮੇਰੀ ਜਿਹੜੀ ਹੈਗੀ ਆ ਪ੍ਰਤਿਭਾ ਨੂੰ ਪਛਾਣਦੇ ਆ ਮੈਨੂੰ ਪੜ੍ਹਨ ਦੀ ਲਗਨ ਲਾਈ ਉਹਨਾਂ ਨੇ ਹੀ ਮੈਨੂੰ ਗਿਆਨੀ ਕਰਨ ਦੇ ਲਈ ਪ੍ਰੇਰਿਆ ਬਾਅਦ ਦੇ ਵਿੱਚ ਮੈਂ ਓਟੀ ਮਾਲਪੁਰ ਤੋਂ ਕੀਤੀ ਅਤੇ ਉਸ ਤੋਂ ਬਾਅਦ ਮੈਨੂੰ ਛੇਤੀ ਹੀ ਜਿਹੜਾ ਸੀ ਸਰਕਾਰੀ ਹਾਈ ਸਕੂਲ ਦਿਆਲਪੁਰ ਵਿਖੇ ਬਤੌਰ ਪੰਜਾਬੀ ਅਧਿਆਪਕ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਇਹਨਾਂ ਹੀ ਸਮਿਆਂ ਦੇ ਵਿੱਚ ਮੇਰੀ ਗੁਰਦਿਆਲ ਰੋਸ਼ਨ ਦੇ ਨਾਲ ਮੁਲਾਕਾਤ ਹੋਈ ਪਹਿਲਾਂ ਜਗਤਪੁਰ ਲਿਖਾਰੀ ਸਭਾ ਦੇ ਵਿੱਚ ਮੈਂ ਬਤੌਰ ਮੈਂਬਰ ਉਹਨਾਂ ਦੇ ਨਾਲ ਰਿਹਾ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਅਮਿੰਦਰ ਦਸਾਂਝ ਦੀ ਸੰਗਤ ਦੇ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਉਂਝ ਤਾਂ ਮੈਂ ਸ਼ੁਰੂਆਤ ਤਾਂ 8ਵੀਂ ਤੋਂ ਕੀਤੀ ਸੀ ਪਰ ਮੈਨੂੰ ਕਹਿੰਦਾ ਬਹੁਤਾ ਕਿਸੇ ਨੇ ਉਤਸ਼ਾਹਿਤ ਨਹੀਂ ਕੀਤਾ ਇਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੇ ਨਾਲ ਕੋਲ ਆਇਆ ਅਤੇ 1979 'ਚ ਮੇਰੀ ਪਹਿਲੀ ਨਜ਼ਮ ਜਿਹੜੀ ਸੀ ਵਧਾਈ ਪੱਤਰ ਦਾ ਜਵਾਬ ਖਤ ਇੱਕ ਸੀਗਾ ਉਹ ਜਿਹੜਾ ਅਰਸ਼ਦੀਪ ਰਸਾਲੇ 'ਚ ਛਪਿਆ ਸੀ ਅਤੇ ਉਹ ਤੋਂ ਬਾਅਦ ਹੌਸਲਾ ਜਿਹਾ ਹੋ ਗਿਆ ਫਿਰ ਗਾਂਹ ਚੱਲ ਤੋਂ ਚੱਲ ਅੱਜ ਤੱਕ ਸੰਧੂ ਜੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਨਾਲ ਪੰਜਾਬੀ ਸਾਹਿਤ ਵਿੱਚ ਬਹੁਤ ਵੱਡਾ ਥਾਂ ਬਣਾਇਆ ਹੋਇਆ ਔਰ ਤੁਹਾਡੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ ਔਰ ਮੈਂ ਇਹ ਪੁੱਛਣਾ ਚਾਹਾਂਗੀ ਕਿ ਤੁਹਾਡੀ ਸਾਹਿਤ ਵੱਲ ਮੋੜ ਕਿੱਦਾਂ ਪਿਆ ਇੱਕ ਅਧਿਆਪਕ ਦੇ ਤੌਰ 'ਤੇ ਤੁਸੀਂ ਵਿਚਰ ਰਹੇ ਸੀ ਸਾਹਿਤਕ ਹਿੱਸੇ ਵੱਲ ਤੁਸੀਂ ਕਿੱਦਾਂ ਮੁੜੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਵੀ ਜਿਹੜਾ ਕਲੇਰਾਂ ਹੈਗਾ ਉਹ ਮੇਰੇ ਲਈ ਇੱਕ ਵਿਸ਼ਾ ਵਿਦਿਆਲਾ ਸੀ ਅੱਛਾ ਇੱਥੇ ਹੀ ਜਿਹੜੀ ਆ ਉਹ ਮੈਂ ਕਵਿਤਾ ਵੱਲ ਜ਼ਿਆਦਾ ਆਕਰਸ਼ਿਤ ਮੈਂ ਕਹਾਣੀਆਂ ਵੀ ਲਿਖੀਆਂ ਹੈਗੀਆਂ ਫਿਰ ਮੈਂ ਕਹਾਣੀਆਂ 'ਚ ਬਰਿਆਮ ਸੰਧੂ ਦਾ ਬਹੁਤ ਵੱਡਾ ਨਾਂ ਕਰਕੇ ਮੈਂ ਕਹਾਣੀਆਂ ਲਿਖਣੀਆਂ ਛੱਡ ਦਿੱਤੀਆਂ ਕਿਉਂਕਿ ਉਹਦੇ ਨਾਲ ਉਹ ਨਾਵਾਂ ਦਾ ਮਿਲਦਾ ਜੁਲਦਾ ਸੀ ਮੈਂ ਕਿਹਾ ਚੱਲ ਵੀ ਕਵਿਤਾ ਦੇ ਵਿੱਚ ਉਹ ਨਾਂ ਹੈ ਨਹੀਂ ਸੀਗਾ ਅਤੇ ਇਹਦੇ ਨਾਲ ਜਿਹੜੇ ਉਹ ਅਸਲ ਵਿੱਚ ਜਿਹੜੀ ਮੇਰੀ ਸ਼ੁਰੂਆਤ ਹੈ ਕਲੇਰਾਂ ਹੀ ਹੈ ਅੱਛਾ ਹਾਂਜੀ ਕਿਉਂਕਿ ਕਲੇਰਾਂ ਜਦੋਂ ਤੁਹਾਨੂੰ ਅਧਿਐਨ ਕਰਨ ਦਾ ਮੌਕਾ ਮਿਲਿਆ ਮੈਨੂੰ ਉੱਥੇ ਹੀ ਪਾਸ਼ ਦੇ ਨਾਲ ਮਿਲਣੀਆਂ ਕਰਨ ਦਾ ਮੌਕਾ ਮਿਲਿਆ ਸੰਤ ਰਾਮ ਉਦਾਸੀ ਦੇ ਨਾਲ ਜਿਹੜੇ ਉਹ ਮੇਲ ਜੋਲ ਹੋਏ ਉਸ ਵੇਲੇ ਉਹਨਾਂ ਲੋਕਾਂ ਦੀ ਸ਼ਖਸੀਅਤ ਦਾ ਮੇਰੇ ਉੱਤੇ ਪ੍ਰਭਾਵ ਪਿਆ ਅਤੇ ਉਹ ਕਾਰਨ ਸੀਗਾ ਕਿ ਵੀ ਇਹ ਦਰਸ਼ਨ ਖਟਕੜ ਹੋਣੀ ਵੀ ਆਉਂਦੇ ਸੀ ਜਸਵੰਤ ਖਟਕੜ ਵੀ ਆਉਂਦਾ ਸੀ ਅਤੇ ਉਂਝ ਮੈਂ ਤੁਹਾਡੇ ਨਾਲ ਨਾਟਕ ਵੀ ਦੇਖਦਾ ਹੁੰਦਾ ਸੀ ਕਿਉਂਕਿ ਜਦੋਂ ਅਸੀਂ ਜਾਂਦੇ ਸੀਗੇ 1979 ਦੇ ਵਿੱਚ ਜਿੰਨੇ ਨਾਟਕ ਹੁੰਦੇ ਸੀ ਕਿਉਂਕਿ 76 ਦੇ ਵਿੱਚ ਮੈਂ ਉੱਥੇ ਮਾਰਚ 76 ਦੇ ਵਿੱਚ ਗਿਆ ਸੀ 78 ਦੇ ਜਿਹੜੇ ਦਸੰਬਰ ਤੱਕ ਮੈਂ ਉੱਥੇ ਗਿਆ ਹੈਗਾ
ਉਹਦੇ ਨਾਲ ਜਿਹੜਾ ਹੈਗਾ ਕਿ ਜਿਹੜੀਆਂ ਸਾਹਿਤਕ ਸੁਭਾਵਾਂ ਦਾ ਅਸਲ ਵਿੱਚ ਮੈਂ ਕਹਿੰਦਾ ਕਿ ਵੀ ਜੇ ਕਿਸੇ ਦੀ ਸੋਚ ਦੇ ਵਿੱਚ ਨਿਖਾਰ ਲਿਆਉਂਦੀਆਂ ਤਾਂ ਸਾਹਿਤਕ ਸੁਭਾਵਾਂ ਜਿਹੜਾ ਜ਼ਿਆਦਾ ਰੋਲ ਅਦਾ ਕਰਦੀਆਂ। ਤੁਸੀਂ ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਆ ਸੇਖੋ, ਉਹਦੇ ਦੇ ਸੀਨੀਅਰ ਮੀਤ ਪ੍ਰਧਾਨ ਹੋ, ਅਤੇ ਤੁਸੀਂ ਚਾਹੁੰਦੇ ਹੋ ਕਦੇ ਕਿ ਦੋਵਾਂ ਸਭਾਵਾਂ ਇੱਕ ਹੋਣੀਆਂ ਚਾਹੀਦੀਆਂ ਆ, ਜਾਂ ਤੁਸੀਂ ਜਿਹੜੀ ਇਹ ਜਿਸ ਸਭਾ ਦੇ ਤੁਸੀਂ ਸੀਨੀਅਰ ਮੀਤ ਪ੍ਰਧਾਨ ਹੋ ਉਹਦੇ ਰਾਹੀਂ ਅੱਛਾ ਕੰਮ ਕਰ ਰਹੇ ਹੋ ਕੁਛ ਕਿ ਉੱਧਰ ਚੰਗਾ ਹੋ ਰਿਹਾ? ਦੇਖੋ ਬੀਬਾ ਜੀ, ਗੱਲ ਅਸਲ ਵਿੱਚ ਇਹ ਹੈ ਕਿ ਪਲਾਹੀ ਸਮਾਗਮ 1986 ਦੇ ਇੱਥੇ ਹੋਇਆ ਸੀਗਾ, ਉੱਥੇ ਕੁਝ ਸੰਵਿਧਾਨਕ ਸੋਧਾਂ ਆਈਆਂ। ਉਹ ਸੰਵਿਧਾਨਕ ਸੋਧਾਂ ਇਹ ਸੀਗੀਆਂ ਕਿ ਜਿਹੜੇ ਸਭਾਵਾਂ ਦੇ ਲੇਖਕ ਆ ਉਹ ਪੰਜਾਂ ਮਗਰ ਇੱਕ ਵੋਟ ਪਾਉਣਗੇ। ਅੱਛਾ। ਕਿਉਂਕਿ ਇਹਦੀ ਜਿਹੜੀ ਬਣਤਰ ਸੀਗੀ ਉਹ ਇਸ ਤਰ੍ਹਾਂ ਦੀ ਸੀਗੀ ਕਿ ਇੱਕ ਤਾਂ ਸਿੱਧੇ ਮੈਂਬਰ ਬਣਦੇ ਸੀ, ਇੱਕ ਜੀਵਨ ਮੈਂਬਰ ਬਣਦੇ ਸੀ, ਇੱਕ ਸਭਾਵਾਂ ਰਾਹੀਂ ਮੈਂਬਰ ਬਣਦੇ ਸੀ। ਸਾਡੀ ਸੋਚ ਜਿਹੜੀ ਸ਼ੁਰੂ ਤੋਂ ਇਹ ਰਹੀ ਕਿ ਸਭਾਵਾਂ ਹੀ ਅਸਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਹ ਜਿੰਦ ਜਾਨ ਹੈਗੀ। ਕੋਈ ਨਾਰਾਜ਼ ਹੁੰਦਾ ਸੀਗਾ ਤਾਂ ਉਹ ਸਿੱਧੀ ਮੈਂਬਰਸ਼ਿਪ ਲੈ ਕੇ ਇੱਕ ਵੋਟ ਦਾ ਅਧਿਕਾਰੀ ਹੋ ਜਾਂਦਾ ਸੀ, ਪਰ ਲੇਖਕ 5 ਤੋਂ ਬਾਅਦ ਉਹ ਇੱਕ ਬਹੁਤ ਵੱਡਾ ਸੀ ਅਤੇ ਅਸੀਂ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਔਰ ਇੱਥੇ ਨਾ ਗੈਰ ਲੋਕਤੰਤਰੀ ਢੰਗ ਦੇ ਨਾਲ ਉਹਨਾਂ ਸੋਧਾਂ ਨੂੰ ਪ੍ਰਵਾਨ ਕਰ ਲਿਆ ਗਿਆ। ਕਾਫੀ ਸਮਾਂ ਜਿਹੜਾ ਹੈਗਾ ਉਹ ਖਿੱਚੋਤਾਣ ਚੱਲਦੀ ਰਹੀ। ਅਖੀਰ ਦੇ ਵਿੱਚ ਜਦੋਂ ਚੋਣਾਂ ਹੋਈਆਂ ਹੈਗੀਆਂ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ, ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਕਿ ਵੀ ਤੁਸੀਂ ਇਹ ਡੈਲੀਗੇਟ ਸਿਸਟਮ ਬੰਦ ਕਰਕੇ ਤੁਸੀਂ ਜੋ ਸੂਚੀ ਆ ਉਹਦੇ ਮੁਤਾਬਕ ਚੋਣਾਂ ਕਰਵਾਓ, ਦੂਜਾ ਤੁਹਾਡਾ ਨਹੀਂ ਮੰਨਿਆ। ਅਤੇ ਇੱਧਰ ਫਿਰ ਸੰਤ ਸਿੰਘ ਸੇਖੋਂ ਨੇ ਜਿਹੜਾ ਸੀਗਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਵੀ ਜਦ ਸੰਵਿਧਾਨਕ ਸੋਧਾਂ ਪ੍ਰਵਾਨ ਹੀ ਨਹੀਂ ਹੋਈਆਂ, ਮੈਂ ਮੀਟਿੰਗ ਮੁਲਤਵੀ ਕਰ ਚੁੱਕਾ ਸੀ, ਤਾਂ ਉਹਦੇ ਵਿੱਚ ਜਸਵੰਤ ਸਿੰਘ ਕੰਵਲ ਉਸ ਵੇਲੇ ਇਹ ਦੋਨੇ ਅਗਵਾਈ ਕਰ ਰਹੇ ਸੀ, ਨਹੀਂ ਗੱਲ ਬਣੀ ਤਾਂ ਸਭਾਵਾਂ ਬਣ ਗਈਆਂ। ਉਸ ਤੋਂ ਬਾਅਦ ਅਨੇਕਾਂ ਵਾਰ ਯਤਨ ਹੋਏ ਹੈ, ਕਿਉਂਕਿ ਸਾਡੇ ਵਾਲੀ ਸਭਾ ਦਾ ਸਿੱਧੇ ਤੌਰ 'ਤੇ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਦੂਸਰੀਆਂ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਉਹਨਾਂ ਦੇ ਵਿੱਚ ਕੰਮ ਕਰਦੇ ਲੇਖਕਾਂ ਦੇ ਜਿਹੜੇ ਆਗੂ ਬਣਦੇ ਹੈ ਉਹ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਉਹਨਾਂ ਦਾ ਸੰਬੰਧ ਹੈ ਔਰ ਉਹ ਉੱਥੋਂ ਹੀ ਜੋ ਹਦਾਇਤਾਂ ਮਿਲਦੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਕੰਮ ਕਰਦੇ ਹੈ। ਮੈਂ ਤਾਂ ਅੱਜ ਵੀ ਇਹਨੇ ਕਹਿਣਾ ਹੈਗਾ ਕਿ ਆਓ ਖੁੱਲ੍ਹੇ ਮਨ ਦੇ ਨਾਲ ਗੱਲ ਕਰੋ। ਅਸੀਂ ਜਿਹੜਾ ਹੈਗਾ ਅਸੀਂ ਤਾਂ ਇੱਕ ਵਾਰ ਅਸਤੀਫੇ ਵੀ ਦੇ ਦਿੱਤੇ ਸੀ ਸਾਰਿਆਂ ਨੇ, ਉਦੋਂ ਜਿਹੜਾ ਪ੍ਰੀਤਮ ਸਿੰਘ ਉਹ ਸਾਰੇ ਜਿਹੜੇ ਸੀਗੇ ਕੋਸ਼ਿਸ਼ ਕਰ ਰਹੇ ਸੀਗੇ, ਤਾਂ ਇਹ ਨਹੀਂ ਮੰਨੇ ਹੈਗੇ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਸਵਾਗਤ ਕਰਦੇ, ਪਰ ਪਹਿਲਾਂ ਇਹ ਹੋਇਆ ਸੀ ਕਿ ਵੀ ਦੋਨੇ ਸਭਾਵਾਂ ਭੰਗ ਕਰਾਂਗੇ, ਪਰ ਨਹੀਂ ਹੋਈ ਗੱਲ। ਸੰਧੂ ਜੀ, ਤੁਸੀਂ ਦੁਆਬਾ ਸਹਿਤ ਸਭਾ ਗੜ੍ਹ ਸ਼ੰਕਰ ਦੇ ਵੀ ਉੱਚ ਅਹੁਦੇ 'ਤੇ ਹੋ, ਇਹ ਸਹਿਤ ਸਭਾ ਜਿਹੜੀ ਆ ਇਹਦੇ ਉੱਚ ਅਹੁਦੇ ਦੇ ਹੋਣ ਦੇ ਨਾਤੇ ਤੁਸੀਂ ਕੋਈ ਅੱਛੇ ਕੰਮ ਕੀਤੇ ਆ ਸਾਹਿਤਕਾਰਾਂ ਲਈ? ਬੀਬਾ ਜੀ, ਤੁਹਾਨੂੰ ਪਤਾ ਹੀ ਹੈ ਕਿ ਵੀ ਸਾਹਿਤ ਸਭਾਵਾਂ ਦਾ ਦਾਇਰਾ ਕਿੱਡਾ ਹੁੰਦਾ, ਪਰ ਅਸੀਂ ਆਪਣੇ ਪੱਧਰ ਦੇ ਉੱਤੇ ਇਸ ਇਲਾਕੇ ਦੇ ਵਿੱਚ ਇਹ ਸਭਾ ਦਾ ਇੱਕ ਦਫ਼ਤਰ ਕਾਇਮ ਕੀਤਾ ਹੈਗਾ ਜਿਹਦੇ ਵਿੱਚ ਲਾਇਬ੍ਰੇਰੀ ਚੱਲਦੀ ਹੈਗੀ। ਤਾਂ ਮੈਂ ਸਮਝਦਾ ਕਿ ਵੀ ਜਿਹੜਾ ਇੱਕ ਕੋਈ ਮੰਚ ਉਸਾਰ ਦੇਣਾ ਉਹ ਵੀ ਸਾਹਿਤਕਾਰਾਂ ਲਈ ਬਹੁਤ ਵੱਡੀ ਗੱਲ ਹੈਗੀ। ਦੂਸਰਾ, ਅਸੀਂ ਉੱਥੇ 4-5 ਜਿਹੜੇ ਹੈ ਹਰ ਸਾਲ ਸਨਮਾਨ ਦਿੰਦੇ ਹਾਂ, ਉਹ ਸਨਮਾਨ ਕਿਸੇ ਲਾਗਦੀਕ ਤੋਂ ਦਿੰਦੇ ਹਾਂ। ਸਾਨੂੰ ਨਹੀਂ ਪਤਾ ਕਿ ਵੀ ਉਹ ਦੂਸਰੀ ਸਭਾ ਨਾਲ ਸੰਬੰਧਿਤ ਹੈ, ਸਾਡੇ ਨਾਲ ਸਭਾ ਨਾਲ ਸੰਬੰਧਿਤ ਹੈ, ਕਿਉਂਕਿ ਅਸੀਂ ਉੱਥੇ ਲੇਖਕ ਨੂੰ ਮਾਨਤਾ ਦਿੰਦੇ ਹਾਂ, ਨਾ ਕਿ ਅਸੀਂ ਉਸ। ਬਹੁਤ ਵਧੀਆ। ਹੁਣ ਤੱਕ ਤੁਸੀਂ ਕਿੰਨੀਆਂ ਕੁ ਕਿਤਾਬਾਂ ਲਿਖ ਚੁੱਕੇ? ਮੈਂ ਕਿਤਾਬਾਂ ਤਾਂ ਮੇਰੀਆਂ ਜਿਹੜੀਆਂ ਕਵਿਤਾ ਦੀਆਂ ਤਾਂ 2 ਹੀ ਆਈਆਂ ਹਾਲੇ ਤੱਕ। ਅੱਛਾ। ਇੱਕ ਲਕੀਰਾਂ ਹੈਗੀ ਆ ਜੋ 1991 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਅਤੇ ਦੂਸਰੀ ਸੀ ਅਲਵਿਦਾ ਤੱਕ ਜੋ 2007 ਦੇ ਕਰੀਬ ਆਈ ਹੈ। ਦੋਨਾਂ ਦੇ ਕਈ ਕਈ ਐਡੀਸ਼ਨ ਜਿਹੜੇ ਆ ਉਹ ਛਪ ਚੁੱਕੇ ਹੈਗੇ ਆ। ਇਸ ਤੋਂ ਇਲਾਵਾ ਮੇਰਾ ਨਾ ਹਰਭਜਨ ਸਿੰਘ ਹੁੰਦਲ ਦੀ ਕਵਿਤਾ ਦੇ ਉੱਤੇ ਕੰਮ ਹੈਗਾ ਐਮਫਿਲ ਦਾ, ਅਤੇ ਇਸ ਤੋਂ ਇਲਾਵਾ ਜਿਹੜਾ ਮੇਰਾ ਜ਼ਿਆਦਾ ਹੈਗਾ ਮੈਂ ਆਲੋਚਨਾ ਦੇ ਖੇਤਰ ਦੇ ਵਿੱਚ ਰਿਵਿਊਕਾਰੀ ਕਰਦਾ ਹੈਗਾ, ਉਹ ਰਿਵਿਊਕਾਰੀ ਜਿਹੜੀ ਹੈਗੀ ਆ ਅਜੀਤ ਦੇ ਵਿੱਚ, ਪੰਜਾਬੀ ਜਾਗਰਣ ਦੇ ਵਿੱਚ, ਨਵਾਂ ਜ਼ਮਾਨਾ ਦੇ ਵਿੱਚ,
ਤੇ 7-8 ਜਿਹੜੇ ਸਾਹਿਤਕ ਮੈਗਜ਼ੀਨ ਹੈ ਉਹਨਾਂ ਦੇ ਵਿੱਚ ਸ਼ਬਦੀਆਂ ਹੈਗੇ। ਲਗਭਗ ਮੈਂ ਹੁਣ ਤੱਕ 500 ਕਿਤਾਬਾਂ ਤੋਂ ਵੱਧ ਉਹਨਾਂ ਦੀ ਜਿਹੜੀ ਰਿਵਿਊ ਕਾਰੀ ਕਰ ਚੁੱਕਿਆ ਹੈਗਾ ਤੇ ਕਾਫੀ ਕਿਤਾਬਾਂ ਦੇ ਉੱਤੇ ਮੈਂ ਆਪਣੇ ਖੋਜ ਪਰਚੇ ਵੀ ਲਿਖੇ ਹੈਗੇ, ਕਹਾਣੀਆਂ ਦੇ ਵੀ ਲਿਖੀਆਂ ਹੈਗੀਆਂ। ਤੇ ਜ਼ਿਆਦਾ ਕੰਮ ਮੇਰਾ ਸੰਗਠਨ ਦਾ ਹੈ ਹੋਣ ਕਰਕੇ ਕਈ ਵਾਰੀ ਮੇਰੇ ਕੋਲ ਨਹੀਂ ਇਕੱਠਾ ਕੀਤਾ ਜਾ ਰਿਹਾ। ਤੁਹਾਨੂੰ ਪਤਾ ਹੋਣਾ ਕਿ 2009 ਦੇ ਵਿੱਚ ਮੇਰੀ ਜਿਹੜੀ ਲਾਇਬ੍ਰੇਰੀ ਸੀ ਉਹ ਸੜ ਕੇ ਸੁਆਹ ਹੋ ਗਈ ਸੀ ਤੇ ਜਿਹਦੇ ਵਿੱਚ 7000 ਦੇ ਕਰੀਬ ਕਿਤਾਬਾਂ ਸੀਗੀਆਂ, ਮੇਰੇ ਦਸਤਾਵੇਜ਼ ਸੀ ਸਾਰਾ ਕੁਝ। ਤੇ ਹੁਣ ਵੀ ਮੈਂ ਉਹਨਾਂ ਵੈਸੇ ਤੀਜੀ ਕਿਤਾਬ ਜਿਹੜੀ ਆਪਣੀ ਉਹ ਤਿਆਰੀ ਕਰ ਰਿਹਾ ਹੈਗਾ, ਛੇਤੀ ਆ ਜਾਊ। ਸੰਧੂ ਜੀ, ਮੈਂ ਕੁਝ ਹੁਣ ਨਿੱਜੀ ਸਵਾਲ ਪੁੱਛਣਗੀ ਤੁਹਾਨੂੰ। ਔਰ ਅਕਸਰ ਮੈਂ ਵੇਖਦੀ ਹਾਂ, ਕਿਉਂਕਿ ਸਾਡਾ ਨਿੱਤ ਵਾਹ ਪੈਂਦਾ, ਮੈਂ ਵੀ ਅਖਬਾਰਾਂ 'ਚ ਕਾਫੀ ਕੰਮ ਕਰਦੀ ਰਹੀ ਹਾਂ, ਉਹ ਤਾਂ ਵੀ ਛੋਟੀ ਜਿਹੀ ਲੇਖਕ ਆ। ਔਰ ਕਿ ਜਿਹੜਾ ਸਾਡਾ ਲਿਟਰੇਰੀ ਹਿੱਸਾ ਆ, ਸਾਡਾ ਸਾਹਿਤਕ ਹਿੱਸਾ ਆ, ਉਹ ਸਾਡੇ ਘਰਦਿਆਂ ਨੂੰ ਨਹੀਂ ਕਬੂਲ ਹੁੰਦਾ। ਕੀ ਤੁਹਾਡੇ ਵੀ ਪਰਿਵਾਰ ਵਿੱਚ ਕੁਛ ਇਹੋ ਜਿਹਾ ਹੈ? ਜੀ, ਮੇਰੀ ਨਾ ਧਰਮ ਪਤਨੀ ਮੇਰਾ ਸਾਥ ਨਾ ਦਿੰਦੀ। ਅੱਛਾ। ਤੇ ਸ਼ਾਇਦ ਮੈਂ ਇੱਥੇ ਤੱਕ ਨਾ ਆਉਂਦਾ। ਹਾਂ, ਕਿਉਂਕਿ ਉਹਨਾਂ ਉਹਦਾ ਇਸ ਦੇ ਵਿੱਚ ਯੋਗਦਾਨ ਕਾਫੀ ਹੈ। ਉਹਨੂੰ ਰਾਜਨੀਤਿਕ ਲੋਕਾਂ ਦਾ ਜਿਹੜਾ ਮੇਰਾ ਮੇਲ ਜੋਲ ਹੈ ਉਹ ਤਾਂ ਪਸੰਦ ਨਹੀਂ ਹੈਗਾ। ਅੱਛਾ। ਪਰ ਲੇਖਕਾਂ ਦਾ ਜ਼ਰੂਰ ਹੈਗਾ। ਤੁਸੀਂ ਵੀ ਸਾਡੇ ਇੱਕ ਵਾਰੀ ਗਏ ਹੋਵੋਗੇ ਜੀ, ਜਿਹੜੇ ਫੰਕਸ਼ਨ ਕੀਤੇ ਆ ਉਹ ਖੁਦ ਲੋਕਾਂ ਦੀ ਲੰਗਰ ਸੇਵਾ ਦੀ ਜਿਹੜੀ ਸੇਵਾ ਕਰਦੀ ਤੁਸੀਂ ਆਪ ਦੇਖੀ, ਉਂਝ ਵੀ ਤੁਸੀਂ ਸਾਡੇ ਘਰ ਅਕਸਰ ਆਉਂਦੇ ਆ ਤੇ ਉਹ ਉਹਨਾਂ ਨੇ ਕਦੇ ਹਾਂ ਉਹਨਾਂ ਨੂੰ ਰਾਜਨੀਤਿਕ ਲੋਕਾਂ ਤੋਂ ਬਹੁਤ ਐਲਰਜੀ ਹੈ। ਸੰਧੂ ਜੀ, ਮੈਂ ਤੁਹਾਡੇ ਪਰਿਵਾਰ ਦੇ ਤਕਰੀਬਨ ਨਾਲ ਨਾਲ ਹੀ ਤੁਰਦੀ ਰਹੀ ਹਾਂ, ਕਿਉਂਕਿ ਜਿਸ ਸ਼ਹਿਰ ਵਿੱਚ ਵੀ ਤੁਹਾਡੀ ਪੋਸਟਿੰਗ ਜਾਂ ਜਿੱਥੇ ਵੀ ਤੁਹਾਡੇ ਰੈਜੀਡੈਂਸ ਹੈਗਾ, ਮੇਰਾ ਕਾਫੀ ਆਉਣਾ ਜਾਣਾ ਰਿਹਾ ਹੈ। ਤੇ ਤੁਹਾਡੀ ਬੇਟੀ ਪ੍ਰਭਦੀਪ ਜਿਹੜੀ ਆ ਉਹ ਸਾਡੇ ਆਜ਼ਾਦ ਰੰਗ ਮੰਚ ਨਾਲ ਵੀ ਕੰਮ ਕਰਨ ਲੱਗ ਪਈ ਆ ਔਰ ਬਹੁਤ ਅੱਛੀ ਐਕਟਰੈਸ ਬਣਦੀ ਜਾ ਰਹੀ ਆ। ਕੀ ਤੁਹਾਡਾ ਇਹ ਉਹਦਾ ਇਹ ਹਿੱਸਾ ਤੁਹਾਨੂੰ ਕਬੂਲ ਹੈ? ਮੈਂ ਤਾਂ ਉਹਨੂੰ ਕਦੇ ਰੋਕਦਾ ਹੀ ਨਹੀਂ ਕਿ ਵੀ ਉਹ ਕਿਵੇਂ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਕਦੇ ਆਪਣੀ ਕੋਈ ਮਰਜ਼ੀ ਨਹੀਂ ਥੋਪੀ, ਕਿਉਂਕਿ ਉਹ ਜਿਸ ਤਰ੍ਹਾਂ ਵੀ ਜੀਣਾ ਚਾਹੁੰਦੇ ਆ ਉਹ ਜੀਣ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਆਪਣੀ ਹੈ। ਹਾਂਜੀ। ਪਰ ਮੈਂ ਨਾਲੇ ਵੀ ਆਸ ਕਰਦਾ ਕਿ ਦੂਸਰਾ ਬੰਦਾ ਵੀ ਤੁਹਾਡੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਨਾ ਕਰੇ। ਸੰਧੂ ਜੀ, ਤੁਹਾਡਾ ਜੁਆਈ ਵੀ, ਕਿਉਂਕਿ ਮੈਂ ਉਹਨੂੰ ਪਰਸਨਲ ਵੀ ਬਹੁਤ ਵਾਰੀ ਮਿਲੀ ਹਾਂ ਔਰ ਬੜਾ ਪਿਆਰਾ ਬੱਚਾ ਆ ਔਰ ਇੱਕ ਅੱਛਾ ਕੈਮਰਾਮੈਨ ਆ, ਕਿ ਉਹਦਾ ਕੰਮ ਮੈਂ ਕਾਫੀ ਦੇਖਿਆ ਆ, ਉਹਦੇ ਬਾਰੇ ਕੁਛ ਕਹਿਣਾ ਚਾਹੋਗੇ? ਉਹਦਾ ਬਹੁਤ ਵਧੀਆ ਬੱਚਾ ਜੀ। ਹਾਂਜੀ। ਉਹ ਜਵਾਈਆਂ ਵਾਲੀ ਤਾਂ ਉਹਦੇ ਨਾਲ ਬਿਲਕੁਲ ਗੱਲ ਹੀ ਨਹੀਂ ਹੈ, ਦੋਸਤਾਂ ਵਾਂਗ ਅਸੀਂ ਵਿਚਰਦੇ ਹਾਂ। ਹਾਂ, ਉਹ ਹੈ ਹੀ ਬਹੁਤ ਦੋਸਤ ਬਣਨ ਦੇ ਕਾਬਿਲ ਆ, ਕਿਉਂਕਿ ਜੇ ਤੁਸੀਂ ਉਹਨਾਂ ਰਿਸ਼ਤਿਆਂ ਦੀਆਂ ਬੰਦਿਸ਼ਾਂ ਚ ਜਾਓਗੇ ਤੇ ਫਿਰ ਤੁਸੀਂ ਇੱਕ ਦੂਜੇ ਨੂੰ ਸਮਝਣ ਚ ਅਸਮਰੱਥ ਰਹੋਗੇ, ਕਿਉਂਕਿ ਦੂਸਰੀ ਗੱਲ ਆ ਕੋਈ ਮਿਹਨਤੀ ਬਹੁਤ ਹੈ। ਹਾਂ, ਮੈਂ ਉਹਨੂੰ ਪਰਸਨਲ ਤੌਰ ਤੇ ਦੇਖਿਆ ਕਿਸ ਤਰ੍ਹਾਂ ਸਵੇਰੇ ਨੇੜੇ ਉੱਠ ਕੇ ਜਾਂਦਾ ਹੈ ਦੂਰ ਦੁਰਾਡੇ, ਨਹੀਂ ਕਿ ਉਹਦਾ ਕੰਮ ਨੇੜੇ ਹੀ ਆ, ਕਦੇ ਕਿਸੇ ਹਿਮਾਚਲ 'ਚ ਤੁਰਿਆ ਆ, ਕਦੇ ਤੇ ਰਾਜਸਥਾਨ 'ਚ ਤੁਰਿਆ ਆ, ਤੇ ਕੰਮ ਨੂੰ ਉਹ ਕਦੇ ਵੀ ਨਹੀਂ ਗੁਜਾਉਂਦਾ ਹੈਗਾ ਤੇ ਹਮੇਸ਼ਾ ਆਪਣੇ ਕੰਮ ਪ੍ਰਤੀ ਬਹੁਤ ਇਮਾਨਦਾਰ ਆ ਔਰ ਮੈਂ ਜਦੋਂ ਵੀ ਉਹਨੂੰ ਵੇਖਦੀ ਹਾਂ ਤਾਂ ਮੈਨੂੰ ਵੀ ਇੰਝ ਲੱਗਦਾ ਹੈ ਕਿ ਕਾਸ਼ ਇਹ ਮੇਰਾ ਬੇਟਾ ਹੁੰਦਾ। ਔਰ ਤੁਹਾਡੇ ਹੀ ਬੇਟਾ ਹੈ ਜੀ, ਔਰ ਬਹੁਤ ਮਿਹਨਤੀ ਹੈ ਤੇ ਤੁਹਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਇੱਕ ਅੱਛਾ ਜਵਾਈ ਮਿਲਿਆ ਘੱਟ ਕਰੋ। ਇਹ ਮਾਨਵੀ ਰਿਸ਼ਤੇ ਇਹੋ ਜਿਹਾ ਕਿ ਕਿਤੇ ਨਾ ਕਿਤੇ ਤਾਂ ਤੁਸੀਂ ਇਹਨਾਂ ਰਿਸ਼ਤਿਆਂ ਦੀ ਬੰਦਿਸ਼ ਦੇ ਵਿੱਚ ਹੋ। ਬਿਲਕੁਲ। ਹਰ ਕੋਈ ਆਪਣਾ ਅਧਿਕਾਰ ਜਮਾਉਂਦਾ ਹੈਗਾ ਤੇ ਮੈਨੂੰ ਤਾਂ ਸਾਰੇ ਹੀ ਜਿਹੜੇ ਹੈਗੇ ਮੈਨੂੰ ਆਪਣੇ ਜਿਹੜੇ ਪਰਿਵਾਰਕ ਰਿਸ਼ਤਿਆਂ ਨਾਲੋਂ ਜਿਹੜੇ ਮੇਰੇ ਸਾਹਿਤਕ ਰਿਸ਼ਤੇ ਆ ਉਹ ਮੈਨੂੰ ਜ਼ਿਆਦਾ ਪਿਆਰੇ ਲੱਗਦੇ ਆ।
ਮੈਨੂੰ ਲੱਗਦਾ ਉਹ ਜ਼ਿਆਦਾ ਉਹਨਾਂ 'ਚ ਸੁਹਿਰਦਤਾ, ਉਹਨਾਂ ਦੇ ਵਿੱਚ ਕੋਈ ਸਵਾਰਥਤਾ ਨਹੀਂ ਹੈਗੀ। ਬਿਲਕੁਲ, ਉਹ ਜਿਹੜੀ ਤੁਹਾਡੀ ਹੈ ਨਾ, ਇੱਕ ਦੂਜੇ ਨੂੰ ਮੰਜ਼ਿਲ ਤੱਕ ਲਿਜਾਣ ਦੇ ਲਈ ਕਾਫ਼ੀ ਕਾਰਗਰ ਸਿੱਧ ਹੁੰਦੇ ਹੈਗੇ। ਜਿੱਥੇ ਸਵਾਰਥ ਨਹੀਂ ਹੈਗਾ, ਉਹ ਰਿਸ਼ਤੇ ਜਿਹੜੇ ਆ ਉਹ ਸਾਰੇ ਉਂਝ। ਮੈਂ ਤਾਂ ਉਲਫਤ ਬਾਜਵਾ ਜੀ ਦਾ ਗਜ਼ਲ ਦਾ ਸ਼ਾਗਿਰਦ ਵੀ ਹਾਂ, ਅਤੇ ਉਹ ਜਿਹੜਾ ਕਹਿੰਦਾ ਕਿ ਸਾਰਾ ਜਹਾਨ ਮੇਰਾ ਹੈਗਾ, ਤਾਂ ਸਾਡੇ ਲਈ ਵੀ ਸਾਰਾ ਜਹਾਨ ਇੱਕ ਉਂਝ ਦਾ ਉਂਝ ਸਾਰੇ ਦਾ ਸਾਰੇ ਸਾਡਾ ਹੈਗਾ। ਕਿਉਂਕਿ ਇਹਦੇ ਵਿੱਚ ਜੇ ਅਸੀਂ ਨਾ ਇਸ ਗੱਲ ਨੂੰ ਲੱਭੀਏ, ਕਿਉਂਕਿ ਜੇ ਸਾਹਿਤਕਾਰ ਦੇ ਅੰਦਰ ਮਾਨਵੀ ਸੰਵੇਦਨਾ ਦੀ ਭਾਵਨਾ ਸਾਰੇ ਲਈ ਇੱਕੋ ਜਿਹੀ ਨਹੀਂ ਹੈ, ਤਾਂ ਫਿਰ ਉਹ ਸ਼ਾਇਦ ਲੇਖਕ ਨਹੀਂ ਬਣ ਸਕਦਾ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਸੰਧੂ ਜੀ, ਮੇਰਾ ਵੀ ਇਹੀ ਵਿਚਾਰ ਹੈ। ਔਰ ਸੰਧੂ ਜੀ, ਤੁਸੀਂ ਇੱਕ ਨਾਮਾਵਰ ਲੇਖਕ ਹੋ, ਤੁਸੀਂ ਬਹੁਤ ਸਾਰੀਆਂ ਨਾਮਾਵਰ ਸਭਾਵਾਂ ਦੇ ਉੱਚ ਅਹੁਦਿਆਂ 'ਤੇ ਹੋ, ਤੁਹਾਡਾ ਤਜ਼ਰਬਾ ਜਿਹੜਾ ਹੈਗਾ ਬੜਾ ਵਿਸ਼ਾਲ ਆ। ਇਸ ਆਪਣੇ ਤਜ਼ਰਬੇ ਦੇ ਆਧਾਰ 'ਤੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ, ਸਾਡੇ ਉਡੀਕਾ ਪ੍ਰੋਗਰਾਮ ਦੇ ਸਰੋਤੇ ਆ, ਉਹਨਾਂ ਨੂੰ ਕੁਛ ਸੁਝਾਅ ਦੇਣਾ ਚਾਹੋਗੇ? ਮੇਰੀ ਤਾਂ ਇੱਕੋ ਹੀ ਹੈ ਜੀ ਕਿ ਸਾਨੂੰ ਉਹਨਾਂ ਹਮੇਸ਼ਾ ਸੰਵਾਦ 'ਚ ਰਹਿਣਾ ਚਾਹੀਦਾ, ਬਾਅਦ 'ਚ ਨਹੀਂ ਪੈਣਾ ਚਾਹੀਦਾ। ਸੰਵਾਦ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ ਹੋ, ਤੇ ਜਦੋਂ ਤੁਸੀਂ ਵਾਦ 'ਚ ਪੈਂਦੇ ਹੋ ਤਾਂ ਫਿਰ ਤੁਸੀਂ ਇੱਕ ਦੂਜੇ ਦੇ ਨੁਕਸ ਕੱਢਦੇ ਹੋ। ਇਸ ਕਰਕੇ ਮੈਂ ਨਵੀਂ ਪੀੜ੍ਹੀ ਨੂੰ ਤਾਂ ਇਹੀ ਕਹਾਂਗਾ ਕਿ ਜ਼ਿੰਦਗੀ ਤੁਹਾਨੂੰ ਇੱਕ ਅਵਸਰ ਦਿੰਦੀ ਹੈ, ਇੱਕ ਮੌਕਾ ਦਿੰਦੀ ਹੈ, ਤੇ ਉਸ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ। ਨਹੀਂ ਤਾਂ ਜਿਸ ਤਰ੍ਹਾਂ ਦੇ ਹਾਲਾਤ 'ਚੋਂ ਮੈਂ ਘਰੋਂ ਬਾਹਰ ਆਇਆ ਸੀ, ਉਦੋਂ ਮੈਂ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਸੀ, ਅਤੇ ਮੇਰੀ ਜੇਬ ਦੇ ਵਿੱਚ 17 ਰੁਪਏ ਸਨ, ਔਰ ਮੈਂ ਉਹ 17 ਰੁਪਏ ਆਪਣੀ ਮਾਂ ਦਾ ਆਸ਼ੀਰਵਾਦ ਅੱਜ ਵੀ ਸਮਝਦਾ ਹੈਗਾ ਕਿ ਉਹ 17 ਰੁਪਏ ਨਹੀਂ ਸੀ, ਮੇਰੀ ਮਾਂ ਦਾ ਆਸ਼ੀਰਵਾਦ ਸੀ। ਉਂਝ ਮੇਰੀ ਮਾਂ ਕੜਵੀ ਬਹੁਤ ਸੀਗੀ, ਪਰ ਇਹ ਉਹ ਮੈਨੂੰ ਲੱਗਦਾ ਕਿ ਵੀ ਉਹ ਜਿਹੜੀ ਹੈਗੀ ਆਸ਼ੀਰਵਾਦ ਹੈ ਨਾ ਤੁਹਾਡਾ ਬਜ਼ੁਰਗਾਂ ਦਾ, ਤੁਹਾਡੇ ਨਾਲ ਨਾਲ ਜਦੋਂ ਜਦੋਂ ਚੱਲਦਾ, ਤੁਹਾਨੂੰ ਕਿਸੇ ਰਸਤੇ ਦੇ ਵਿੱਚ ਵੀ ਕੋਈ ਰੁਕਾਵਟ ਨਹੀਂ ਆਉਂਦੀ ਹੈਗੀ। ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ ਹੈ ਜਿਹੜੀ ਜ਼ਿੰਦਗੀ ਦੀ ਸਫਲਤਾ ਦਾ ਰਾਜ ਹੈਗਾ ਉਹ ਹੈਗੀ ਸਖ਼ਤ ਮਿਹਨਤ। ਜੇ ਤੁਸੀਂ ਸਖ਼ਤ ਮਿਹਨਤ ਨਹੀਂ ਕਰੋਗੇ, ਚਾਹੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਹੋ, ਚਾਹੇ ਤੁਸੀਂ ਇਹਨਾਂ ਕੋਈ ਵੀ ਹੋਰ ਕੰਮ ਕਰਦੇ ਹੋ, ਚਾਹੇ ਬਿਜ਼ਨਸ ਦੇ ਵਿੱਚ ਹੋਵੋ, ਜੇ ਤੁਸੀਂ ਉਹਨੂੰ ਲਗਨ ਅਤੇ ਮਿਹਨਤ ਦੇ ਨਾਲ ਦੂਜੀ ਲੋਕਾਂ ਪ੍ਰਤੀ ਤੁਹਾਡੀ ਸੁਹਿਰਦਤਾ ਬਹੁਤ ਹੋਣੀ ਜ਼ਰੂਰੀ ਹੈ, ਕਿ ਜੇ ਤੁਸੀਂ ਇਹਨਾਂ ਲੋਕਾਂ ਪ੍ਰਤੀ ਸੁਹਿਰਦ ਨਹੀਂ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰਨ ਦੇ ਸਮਰੱਥ ਨਹੀਂ। ਭਾਵੇਂ ਤੁਸੀਂ ਬਹੁਤ ਕੁਝ ਪ੍ਰਾਪਤ ਵੀ ਕਰ ਲਵੋ, ਪਰ ਉਹ ਤੁਹਾਨੂੰ ਉਹਨਾਂ ਉਪਰਾ ਤੇ ਮਨਾਵਟੀ ਲੱਗੇਗਾ। ਦੂਸਰੇ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਬਹੁਤ ਹੈ, ਤੁਹਾਡੀ ਜ਼ਬਾਨ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਉਹ ਬਹੁਤ ਹੈ, ਕਿ ਜੋ ਤੁਸੀਂ ਕਿਹਾ ਹੈ ਉਹਨੂੰ ਕਰਨ ਦਾ ਹਰ ਹੀਲਾ ਜਾਂ ਹਰ ਹੀਲੇ ਉਪਰਾਲਾ ਕਰਨਾ ਚਾਹੀਦਾ ਹੈਗਾ, ਔਰ ਸਾਥੀਆਂ ਪ੍ਰਤੀ ਜਾਂ ਬਾਕੀਆਂ ਪ੍ਰਤੀ ਤੁਹਾਨੂੰ ਸੁਹਿਰਦ ਰਹਿਣਾ ਚਾਹੀਦਾ ਹੈਗਾ, ਉਹਨਾਂ ਦੇ ਵਿਸ਼ਵਾਸ ਪਾਤਰ ਬਣੇ ਰਹਿਣਾ ਚਾਹੀਦਾ, ਕਿਉਂਕਿ ਵਿਸ਼ਵਾਸ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਹੈ ਸਫਲਤਾ ਦੀ ਕੁੰਜੀ ਹੈ। ਬਹੁਤ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਸੰਧੂ ਜੀ। ਕੁਛ ਉਹ ਸਵਾਲ ਜਿਹੜਾ ਮੈਂ ਪੁੱਛਣਾ ਭੁੱਲ ਗਈ ਹੋਵਾਂ, ਜਾਂ ਤੁਸੀਂ ਕੁਛ ਕਹਿਣਾ ਚਾਹੁੰਦੇ ਹੋਵੋ ਆਪਣੇ ਦੋਸਤਾਂ ਬਾਰੇ, ਆਪਣੇ ਪਰਿਵਾਰ ਬਾਰੇ, ਕੋਈ ਉਹ ਗੱਲ ਜਿਹੜੀ ਆਪਾਂ ਪੁੱਛ ਨਹੀਂ ਸਕੇ, ਕੋਈ ਇਹੋ ਜਿਹੀ ਗੱਲ ਹੈ ਤੁਹਾਡੇ ਦਿਮਾਗ 'ਚ? ਨਹੀਂ, ਮੇਰੇ ਨਾਨਾ ਜੀ ਸੀਗੇ ਜੀ, ਅਸਲ ਵਿੱਚ ਮੈਂ ਤਾਂ ਇਹ ਸਮਝਦਾ ਕਿ ਉਹ ਜਿਹੜੇ ਮੇਰੀ ਪ੍ਰੋਫੈਸਰ ਸਿੱਖ ਉਹਨੇ ਨਾ ਕਿਤਾਬ ਮੇਰੇ 'ਤੇ ਲਕੀਰਾਂ ਦੇ ਐਡਿਟ ਕੀ, ਲਕੀਰਾਂ ਦੇ ਆਰ ਪਾਰ, ਉਹਦੇ ਵਿੱਚ ਵੀ ਉਹ ਮੈਨੂੰ ਉਹਨੇ ਕਹਿੰਦਾ ਜੀ ਮੈਂ ਆਪ ਨੇ ਇਸ ਪੁਸਤਕ ਦਾ ਸਮਰਪਣ ਲਿਖਣਾ ਚਾਹੁੰਦਾ, ਤੁਸੀਂ ਦੱਸੋ। ਤਾਂ ਮੈਂ ਕਿਹਾ ਸੀ ਵੀ ਇਹ ਮੈਨੂੰ ਇਹ ਨਾ ਪੁਸਤਕ ਮੇਰੇ ਨਾਨੇ ਦੇ ਨਾਂ ਕਰ ਦਿਓ। ਉਹ ਕਹਿੰਦਾ ਕਿਉਂ? ਮੈਂ ਕਿਹਾ ਵੀ ਮੇਰਾ ਨਾਨਾ ਭਾਵੇਂ ਸ਼ਬਦ ਨੂੰ ਨਹੀਂ ਸੀ ਜਾਣਦਾ, ਪਰ ਉਹ ਸ਼ਬਦ ਦੀ ਅਜ਼ਮਤ ਨੂੰ ਜ਼ਰੂਰ ਸਮਝਦਾ ਸੀ, ਤੇ ਉਹੀ ਉਹਨੇ ਨਾ ਫਿਰ ਜਿਹੜਾ ਸੀਗਾ ਕਿ ਵੀ ਇਹ ਜਿਹੜੀ ਹੈਗੀ ਆ, ਮੇਰੇ ਨਾਨੇ ਦਾ ਨਾਂ ਮਿਲਖੀ ਰਾਮ ਸੀਗਾ, ਉਦਾਂ ਦੇ ਨਾਨਿਆਂ ਦੇ ਨਾਂ ਜਿਹੜੇ ਹਨਾ ਸ਼ਬਦ ਦੀ ਅਜ਼ਮਤ ਨੂੰ ਪਹਿਚਾਣਦੇ ਆ, ਤੇ ਉਹ ਜਿਹੜੀ ਚੀਜ਼ ਮੈਂ ਸਮਝਦਾ ਕਿ ਵੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮੈਂ ਉਹਦੇ ਵਾਲਾ ਦਰਦ ਹੰਡਾਰਿਆ, ਕਿਉਂਕਿ ਮੇਰੇ ਨਾਨੇ ਦੀ ਵੀ ਮੇਰੀ ਕੋਈ ਬੇਟੀ ਸੀ ਤੇ ਗਾਂ ਸੀ, ਉਹਦੇ ਬੱਚੇ ਸੀ,
ਤੇ ਮੇਰੇ ਵੀ ਇਹਦਾ ਭਰਾ ਇੱਕੋ ਹੀ ਬੇਟੀ ਹੈਗੀ ਹੈ। ਤਾਂ ਮੈਂ ਵੀ ਉਹਦੇ ਵਾਲੇ ਦਰਦ ਚੋਂ ਗੁਜ਼ਰਿਆ, ਪਰ ਮੈਨੂੰ ਨਹੀਂ ਲੱਗਿਆ ਕਿ ਵੀ ਉਹ ਮੇਰੀ ਬੇਟੇ ਬੇਟੀ ਵਾਲੀ ਕੋਈ ਘਾਟ ਹੈਗੀ ਹੈ ਜਾਂ ਕੁਛ ਹੈਗਾ। ਅਤੇ ਮੈਂ ਸਮਝਦਾ ਕਿ ਜੇ ਤੁਹਾਡਾ ਭਵਿੱਖ ਜਿਹੜਾ ਹੈਗਾ ਉਹ ਹਮੇਸ਼ਾ ਹੀ ਤੁਹਾਡੇ ਅਤੀਤ ਦੇ ਵਿੱਚੋਂ ਨਿਕਲ ਕੇ ਵਰਤਮਾਨ 'ਚ ਆਉਣ ਅਤੇ ਵਰਤਮਾਨ 'ਚ ਤੋਂ ਭਵਿੱਖ ਵੱਲ ਨੂੰ ਵੱਧਦਾ ਹੈਗਾ। ਅਤੇ ਇਹ ਬੱਚੇ ਹੈਗੇ ਆ ਜੇ ਮੇਰਾ ਜੋ ਖਜ਼ਾਨਾ ਸਾਂਭਣਗੇ ਅਤੇ ਅੱਗੇ ਲਿਜਾਣਗੇ, ਜਾਂ ਮੇਰੇ ਸਾਹਿਤਕ ਦੋਸਤ ਜਿਹੜੇ ਆ ਉਹ ਅੱਗੇ ਲਿਜਾਣਗੇ। ਸੰਧੂ ਬਰਿਆਨਵੀ ਜੀ, ਸਾਡੇ ਇਸ ਉਡੀਕਾਂ ਪ੍ਰੋਗਰਾਮ ਦੇ ਸਰੋਤਿਆਂ ਨੂੰ ਆਪਣੀ ਕਿਸੇ ਨਜ਼ਮ ਦੇ ਕੁਝ ਬੋਲਾਂ ਨਾਲ ਸਾਂਝ ਪਾਓ। ਬੀਬਾ ਜੀ, ਇੱਕ ਗਜ਼ਲ ਜਿਹੜੀ ਅਕਸਰ ਹੈ, ਜਿੱਦਾਂ ਤੁਸੀਂ ਅੱਜ ਮੈਨੂੰ ਖਰੀਦਿਆ, ਉਹਦੇ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਿਹਾ। ਜੀਵਨ ਵਿੱਚ ਮੈਂ ਕੀ ਖੋਇਆ ਕੀ ਪਾਇਆ ਹੈ, ਇਸ ਗੱਲ ਮੈਨੂੰ ਮੁੜ ਮੁੜ ਸੋਚਣ ਲਾਇਆ ਹੈ। ਬਹੁਤ ਵਧੀਆ। ਜੀਵਨ ਵਿੱਚ ਮੈਂ ਕੀ ਖੋਇਆ ਕੀ ਪਾਇਆ ਹੈ, ਇਸ ਗੱਲ ਮੈਨੂੰ ਮੁੜ ਮੁੜ ਸੋਚਣ ਲਾਇਆ ਹੈ। ਇਹ ਸ਼ੇਅਰ ਉਹਨਾਂ ਸਾਰਿਆਂ ਨੇ ਜਿਹਨਾਂ ਦੀ ਕਦੇ ਕਦੇ ਮੈਨੂੰ ਯਾਦ ਆਉਂਦੀ ਹੈ, ਉਹਨਾਂ ਸ਼ਹਿਰਾਂ 'ਚ ਗੁਜ਼ਰਦਾ। ਉਹਦੇ ਵਿੱਚ ਇਹ ਸ਼ੇਅਰ ਜਿਹੜਾ ਨਾ ਆਮ ਤੌਰ 'ਤੇ ਨਾ ਆਪਾਂ ਵਿਚਰਦੇ ਹਾਂ ਨਾ ਸ਼ਹਿਰਾਂ ਸ਼ੁਰਾਂ ਦੇ ਵਿੱਚ, ਅਤੇ ਆਪਾਂ ਦੇਖਦੇ ਹਾਂ ਕਿ ਵੀ ਕਿਸੇ ਦੀ ਜਿਹੜੀ ਆ ਉਹ ਪਰਛਾਈ ਤੁਹਾਡੇ ਜਿਹਨ ਦੇ ਵਿੱਚ ਹਮੇਸ਼ਾ ਹੀ ਸ਼ਹਿਰ ਤੇਰੇ ਦਾ ਜਦ ਵੀ ਮਿਲਿਆ ਬਸ਼ਰ ਕੋਈ, ਸ਼ਹਿਰ ਤੇਰੇ ਦਾ ਜਦ ਵੀ ਮਿਲਿਆ ਬਸ਼ਰ ਕੋਈ, ਹੋਂਦ ਤੇਰੀ ਦਾ ਉਸ ਅਹਿਸਾਸ ਕਰਾਇਆ। ਬਹੁਤ ਵਧੀਆ, ਬਹੁਤ ਵਧੀਆ। ਤੋ ਇੱਕ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਜੀ। ਹਾਂਜੀ ਹਾਂਜੀ। ਉਹਨਾਂ ਨੂੰ ਸਮਰਪਿਤ ਸ਼ੇਅਰ ਹੈਗੇ ਆ ਕਿ ਹੰਬਲਾ ਮਾਰੋ ਮੰਜ਼ਲ ਆਖਰ ਮਿਲ ਜਾਊ। ਬਹੁਤ ਵਧੀਆ। ਹੰਬਲਾ ਮਾਰੋ ਮੰਜ਼ਲ ਆਖਰ ਮਿਲ ਜਾਊ, ਵਗਦੇ ਦਰਿਆ ਕੋਈ ਰੋਕ ਨਾ ਪਾਇਆ ਹੈ। ਬਹੁਤ ਵਧੀਆ, ਬਹੁਤ ਵਧੀਆ। ਤੋ ਇੱਕ ਸ਼ੇਅਰ, ਬਿਰਹਨ ਨੇ ਭਰਿਆ ਹੋਣਾ ਹੋਕੇ ਤਾਹੀ, ਬਿਰਹਨ ਨੇ ਭਰਿਆ ਹੋਣਾ ਹੋਕਾ ਤਾਹੀ, ਤੱਤਾ ਤੱਤਾ ਵਾਦਾ ਬੁੱਲਾ ਆਇਆ ਹੈ। ਬਹੁਤ ਵਧੀਆ, ਬਹੁਤ ਵਧੀਆ ਸੰਧੂ ਜੀ। ਤੇ ਇਸ ਦਾ ਜਿਹੜਾ ਜੋ ਸਾਡੀ ਵਿਵਸਥਾ ਹੈ ਜਿਹਦਾ ਸਾਰਾ ਕੁਝ ਢਹਿ ਢੇਰੀ ਹੋ ਰਿਹਾ ਹੈਗਾ, ਉਸ ਵਿਵਸਥਾ ਦੇ ਉੱਤੇ ਇੱਕ ਸ਼ੇਅਰ ਹੈ। ਇਸ ਰੁੱਖ ਤੋਂ ਹੁਣ ਆਸ ਨਾ ਰੱਖੋ ਛਾਵਾਂ ਦੀ, ਇਸ ਰੁੱਖ ਤੋਂ ਹੁਣ ਆਸ ਨਾ ਰੱਖੋ ਛਾਵਾਂ ਦੀ, ਸੰਧੂ ਇਸਦਾ ਹਰ ਪੱਤਾ ਮੁਰਝਾਇਆ ਹੈ। ਜੀਵਨ ਵਿੱਚ ਮੈਂ ਕੀ ਖੋਇਆ ਕੀ ਪਾਇਆ ਹੈ, ਇਸ ਗੱਲ ਮੈਨੂੰ ਮੁੜ ਮੁੜ ਸੋਚਣ ਲਾਇਆ। ਬੀਬਾ ਜੀ, ਇੱਕ ਸ਼ੇਅਰ ਜੇ ਜਿਹੜਾ ਮੈਨੂੰ ਹਰ ਵੇਲੇ ਸਾਰੀਆਂ ਸਰਗਰਮੀਆਂ ਨਾਲ ਜੋੜੀ ਰੱਖਦਾ, ਪਤਾ ਨੀ ਕਿਵੇਂ ਲੁਕ ਹੋ ਗਿਆ, ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਜਦ ਤੱਕ ਸਾਹ ਵਿੱਚ ਸਾਹ ਨੇ ਮੇਰੇ, ਹਨੇਰਾ ਦੂਰ ਭਜਾਵਾਂਗਾ, ਜੁਗ ਨੂੰ ਹਾਂ ਮੈਂ ਵਿੱਤ ਮੁਤਾਬਕ ਰਾਤਾਂ ਨੂੰ ਰੁਚਨਾਵਾਂਗਾ। ਧੰਨਵਾਦ। ਬਹੁਤ ਵਧੀਆ ਜੀ, ਸਲੂਟ ਕਰਦੇ ਹਾਂ ਸੰਧੂ ਜੀ ਤੁਹਾਡੀ ਸ਼ਾਇਰੀ ਨੂੰ। ਸੋ ਸਾਡੇ ਲਈ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਕੇਂਦਰੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਔਰ ਦੁਆਬਾ ਸਹਿਜ ਸਭਾ ਗੜ੍ਹ ਸ਼ੰਕਰ ਦੇ ਉੱਚ ਅਹੁਦੇ ਤੇ ਬ੍ਰਿਜਮਾਨ ਸੰਧੂ ਬਰਿਆਨਵੀ ਜੀ, ਜਿਹੜੇ ਕਿ ਇੱਕ ਬਹੁਤ ਵੱਡੇ ਲੇਖਕ ਨੇ, ਅਧਿਆਪਕ ਦੇ ਕਿੱਤੇ ਵਿੱਚ ਬਹੁਤ ਸਾਰੇ ਕਾਲਜਾਂ 'ਚ ਅਧਿਆਪਕ ਰਹੇ ਔਰ ਪ੍ਰਿੰਸੀਪਲ ਤੱਕ ਪਹੁੰਚੇ, ਉਹ ਸਾਡੇ ਅੱਜ ਇਸ ਆਜ਼ਾਦ ਰੰਗਮੰਚ ਦੇ ਕਲਾ ਭਵਨ ਵਿੱਚ ਆਏ, ਸਾਡੇ ਇਸ ਉਡੀਕਾਂ ਪ੍ਰੋਗਰਾਮ ਦੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰੇ ਇਹਨਾਂ ਨੇ, ਔਰ ਅਸੀਂ ਚਾਹਾਂਗੇ ਕਿ ਫਿਰ ਵੀ ਸਾਡੇ ਇਸ ਪ੍ਰੋਗਰਾਮ ਵਿੱਚ ਇਹਨਾਂ ਦੀ ਆਮਦ ਰਹੇ। ਸੋ ਸ਼ੱਬਾ ਖੈਰ। ਉਡੀਕਾਂ।